पंजाब के मोगा में महिलाओं द्वारा फिरौती मांगने का मामला सामने आया है आपको बता दें कि मोगा के डेरा बाबा शिवम नाथम नाथ को दो अज्ञात महिलाओं ने फोन पर जान से मारने की धमकी देकर दो लाख रुपए की फिरौती मांगी इस धमकी भरे कॉल को लेकर महंत शिवम नाथ ने फोन कॉल की रिकॉर्डिंग कर पुलिस में शिकायत दर्ज कराई शिकायत दर्ज होते ही पुलिस ने इस मामले की जांच करते हुए ऐसी दो महिलाओं को गिरफ्तार किया है जिनमें से एक कमल नाम की महिला पिछले दस सालों से महंत के डेरे में रहती आ रही थी वहीं इस महिला ने लुधियाना जिले की रहने वाली अपनी सहेली के साथ मिलकर महंत से पैसे लेने की साजिश रची और फोन पर महंत को जान से मारने की बात कहकर दो लाख रुपए की फिरौती मांगी बताया जा रहा है कि ये दोनों महिलाएं प्लान बनाकर महंत से पैसे लूटना चाहती थी मोगा पुलिस ने दोनों महिलाओं को गिरफ्तार कर लिया है और आगे की जाँच शुरू कर दी है ਜਿਹੜੀ ਗੁੜੀਆਂ ਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਆਪਣਾ ਤੁਹਾਨੂੰ ਬੰਦੇ ਮਾਰਨ ਆ ਰਹੇ ਆ ਉਹ 10-11 ਸਾਲ ਹੋ ਗਏ ਮੇਰੇ ਕੋਲ ਇਸ ਗੱਦੀ ਤੇ ਆਂਦੀ ਨੂੰ ਤੇ 10-11 ਸਾਲ ਅੱਗੇ ਜੁੜੀ ਨੂੰ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਲੁਧਿਆਣੇ ਤੋਂ ਬੰਦੇ ਤੌਰ ਤੇ ਤੁਹਾਨੂੰ ਖਤਮ ਕਰਨਾ ਉਹਨਾਂ ਨੇ ਤੁਹਾਨੂੰ ਅਜ ਮਾਰ ਹੀ ਦੇਣਾ ਵਾ ਵੀਰੇ ਨੂੰ ਫੋਨ ਆਇਆ ਸੀ ਗਰੇ ਵੱਲ ਵੀਰੇ ਨੂੰ ਮੇਰੇ ਸੀਗੇ ਫੋਨ ਦੋਨੇ ਬੰਦ ਮੈਂ ਸੰਗਤ ਘਰੇ ਲਾਜ ਕਰਨ ਗਿਆ ਹੋਇਆ ਸੀਗਾ ਤੇਜ਼ ਕਰਕੇ ਮੇਰੇ ਬੈਟਰੀ ਲੋਨ ਕਰਕੇ ਫੋਨ ਬੰਦ ਹੋ ਗਏ ਵੀਰੇ ਨੂੰ ਫੋਨ ਆਇਆ ਸੀ ਗੈਂ ਕਰਕੇ ਬਾਬਾ ਜੀ ਨੂੰ ਮਾਰਦੇ ਨੇ ਉਹਨਾਂ ਨੂੰ ਸਾਈਡ ਤੇ ਕਰ ਲਓ ਪਾਸੇ ਕਰ ਲਓ ਫਿਰ ਵੀਰੇ ਨੇ ਮੈਨੂੰ ਫੋਨ ਕੀਤਾ ਘਰੇ ਫੋਨ ਕੀਤਾ ਫਿਰ ਜਿੱਥੋਂ ਸੀਗਾ ਵੀਰੇ ਨੇ ਮੈਨੂੰ ਉੱਥੇ ਚੱਕਿਆ ਤੇ ਮੈਨੂੰ ਸਾਈਡ ਤੇ ਕੀਤਾ ਤੇ ਇਸ ਕਰਕੇ ਬਾਕੀ ਸਾਰੀ ਰਿਕਾਰਡਿੰਗ ਹੈ ਤੇ ਜਿਹੜਾ ਸਾਰਾ ਕੁਝ ਵੀਰੇ ਕੋਲ ਪਿਆ ਜਿਵੇਂ ਜਿਵੇਂ ਉਹਨਾਂ ਦੇ ਉਹਨਾਂ ਨਾਲ ਗੱਲ ਹੋਈ ਹੈ ਲੁਧਿਆਣੇ ਤੋਂ ਬੰਦੇ ਆ ਰਹੇ ਮਾਰਨਾ ਤੇ ਆਪਣਾ ਕੈਂਬਰिज ਸਕੂਲ ਕੋਟਕਪੂਰਾਰ ਬਾਈਪਾਸ ਤੇ ਪਿਛਲੇ ਪਾਸੇ ਇੱਕ ਡੇਰਾ ਹੈਗਾ ਸ਼ਿਵਮਨਾਤ ਦਾ ਉਹ ਉਹ ਦਿਆਂ ਇਹ ਦੋਨੋਂ ਇਹ ਪੈਰੋਕਾਰ ਨੇ ਉਹ ਉੱਥੇ ਡੇਰੇ ਤੇ ਆਉਣ ਜਾਣ ਇਹਨਾਂ ਦਾ ਹੈਗਾ ਇਹਨਾਂ ਦੇ ਦਿਮਾਗ 'ਚ ਪੈਸੇ ਇਕੱਠੇ ਕਰਨ ਦੀ ਇਹਨਾਂ ਨੇ ਦੋਨਾਂ ਨੇ ਸਕੀਮ ਬਣਾਈ ਕਿ ਬਾਬੇ ਨੂੰ ਫੋਨ ਕਰਵਾਤਾ ਕਿ ਆਪਦੇ ਆਪ ਵੀ ਫੋਨ ਕੀਤਾ ਇਹਨਾਂ ਨੇ ਵੀ ਤੈਨੂੰ ਕੋ ਬੰਦੇ ਮਾਰਨ ਲਈ ਆ ਰਹੇ ਆ ਨਹੀਂ ਤਾਂ ਇਹਨੇ ਪੈਸੇ ਦੇ ਦੇ ਇਹਨਾਂ ਨੇ